ਅਤੇ ਲਖਨਊ ਵਿੱਚ ਵੱਡਾ ਹਾਦਸਾ ਵਾਪਰਿਆ। 3 ਮੰਜ਼ਿਲੇ ਇਮਾਰਤ ਲਖਨਊ ਦੇ ਵਿੱਚ ਡਿੱਗੀ ਹੈ, ਜਿਸ ਕਾਰਨ ਨੁਕਸਾਨ ਹੋਇਆ। ਲਖਨਊ ਦੇ ਵਿੱਚ 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਯੂਪੀ ਦੇ ਲਖਨਊ ਵਿੱਚ ਵੱਡਾ ਹਾਦਸਾ ਹੋਇਆ। 3 ਮੰਜ਼ਿਲਾ ਇਮਾਰਤ ਯੂਪੀ ਦੇ ਲਖਨਊ ਦੇ ਵਿੱਚ ਡਿੱਗੀ ਹੈ ਅਤੇ ਵੱਡਾ ਹਾਦਸਾ ਇੱਥੇ ਵਾਪਰਿਆ ਹੈ। ਅਤੇ ਇਹ ਦੱਸ ਦਈਏ ਕਿ ਇਸ ਸਮੇਂ ਜੋ ਕਾਰਨ ਸਾਹਮਣੇ ਆ ਰਿਹਾ, ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗੀ ਸੀ। ਲਖਨਊ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ ਹੈ, 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ, 8 ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਇਸ ਮਾਮਲੇ ਦਾ ਅਪਡੇਟ ਸਾਹਮਣੇ ਆ ਰਿਹਾ, 8 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗੀ ਸੀ। ਲਖਨਊ ਦੇ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ ਹੈ, ਤਾਂ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋਈ ਹੈ ਅਤੇ ਉੱਥੇ ਹੀ 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਤੇਜ਼ ਮੀਂਹ ਕਾਰਨ ਇਹ ਇਮਾਰਤ ਦੀ ਕੰਧ ਡਿੱਗੀ, ਜਿਸ ਤੋਂ ਬਾਅਦ 8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਤਾਂ ਲਖਨਊ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਦੋਂ ਇਮਾਰਤ ਡਿੱਗੀ ਅਤੇ 8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਜ਼ਖਮੀ ਹੁਣ ਦੱਸੇ ਜਾ ਰਹੇ ਨੇ। ਤੇਜ਼ ਮੀਂਹ ਕਾਰਨ ਇਸ ਸਮੇਂ 'ਤੇ ਦੱਸਿਆ ਜਾ ਰਿਹਾ ਕਿ ਕਿਉਂਕਿ ਇਹ ਵੀ ਦੇਖਿਆ ਜਾ ਰਿਹਾ ਕਿ ਮੌਨਸੂਨ ਐਕਟਿਵ ਜਿਵੇਂ ਹੋ ਰਿਹਾ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ, ਤਾਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚ ਰਿਹਾ। ਉਸੇ ਕੜੀ ਦੇ ਵਿੱਚ ਇਹ ਇਸ ਇਮਾਰਤ ਨੂੰ ਨੁਕਸਾਨ ਪਹੁੰਚਿਆ, ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗ ਗਈ। ਤਾਂ 8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਰੈਸਕਿਊ ਆਪਰੇਸ਼ਨ ਵੀ ਫਿਲਹਾਲ ਚੱਲ ਰਿਹਾ ਹੈ। ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗੀ ਸੀ। ਲਖਨਊ ਦੇ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ, ਜਿਸ ਤੋਂ ਬਾਅਦ 8 ਲੋਕਾਂ ਦੀ ਮੌਤ ਹੋ ਗਈ, 27 ਲੋਕ ਜ਼ਖਮੀ ਨੇ। ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ, NDRF ਦੀਆਂ ਟੀਮਾਂ, SDRF ਦੀਆਂ ਟੀਮਾਂ, ਰੈਸਕਿਊ ਆਪਰੇਸ਼ਨ ਇੱਥੇ ਚਲਾਇਆ ਜਾ ਰਿਹਾ। ਮਲਬੇ ਹੇਠਾਂ ਜੋ ਲੋਕ ਦੱਬੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। JCBs ਮੌਕੇ 'ਤੇ ਤੈਨਾਤ ਹਨ ਅਤੇ 8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਹੁਣ ਤੱਕ ਜ਼ਖਮੀ ਹੈ ਅਤੇ ਹੁਣ ਵੀ ਰੈਸਕਿਊ ਆਪਰੇਸ਼ਨ ਇੱਥੇ ਚੱਲ ਰਿਹਾ ਹੈ। ਤੇਜ਼ ਮੀਂਹ ਕਾਰਨ ਇਹ ਇਮਾਰਤ ਡਿੱਗ ਗਈ। SDRF ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ, ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ, ਜੋ ਆਪਣੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਅਤੇ ਜੋ ਲੋਕ ਮਲਬੇ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਪੀ ਦੇ ਲਖਨਊ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ 3 ਮੰਜ਼ਿਲਾ ਇਮਾਰਤ ਮਲਬੇ ਵਿੱਚ ਤਬਦੀਲ ਹੁੰਦੀ ਨਜ਼ਰ ਆਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਤਾਂ ਤੇਜ਼ ਮੀਂਹ ਕਾਰਨ ਇਹ ਇਮਾਰਤ ਡਿੱਗੀ ਸੀ। ਲਖਨਊ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ ਸੀ। ਅਤੇ ਲਖਨਊ ਵਿੱਚ ਵੱਡਾ ਹਾਦਸਾ ਵਾਪਰਿਆ। 3 ਮੰਜ਼ਿਲੇ ਇਮਾਰਤ ਲਖਨਊ ਦੇ ਵਿੱਚ ਡਿੱਗੀ ਹੈ, ਜਿਸ ਕਾਰਨ ਨੁਕਸਾਨ ਹੋਇਆ। ਲਖਨਊ ਦੇ ਵਿੱਚ 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਯੂਪੀ ਦੇ ਲਖਨਊ ਵਿੱਚ ਵੱਡਾ ਹਾਦਸਾ ਹੋਇਆ। 3 ਮੰਜ਼ਿਲਾ ਇਮਾਰਤ ਯੂਪੀ ਦੇ ਲਖਨਊ ਦੇ ਵਿੱਚ ਡਿੱਗੀ ਹੈ ਅਤੇ ਵੱਡਾ ਹਾਦਸਾ ਇੱਥੇ ਵਾਪਰਿਆ ਹੈ। ਅਤੇ ਇਹ ਦੱਸ ਦਈਏ ਕਿ ਇਸ ਸਮੇਂ ਜੋ ਕਾਰਨ ਸਾਹਮਣੇ ਆ ਰਿਹਾ, ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗੀ ਸੀ। ਲਖਨਊ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ ਹੈ, 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ, 8 ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਇਸ ਮਾਮਲੇ ਦਾ ਅਪਡੇਟ ਸਾਹਮਣੇ ਆ ਰਿਹਾ, 8 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗੀ ਸੀ। ਲਖਨਊ ਦੇ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ ਹੈ, ਤਾਂ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋਈ ਹੈ ਅਤੇ ਉੱਥੇ ਹੀ 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਤੇਜ਼ ਮੀਂਹ ਕਾਰਨ ਇਹ ਇਮਾਰਤ ਦੀ ਕੰਧ ਡਿੱਗੀ, ਜਿਸ ਤੋਂ ਬਾਅਦ
8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਤਾਂ ਲਖਨਊ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇਮਾਰਤ ਡਿੱਗੀ ਤੇ 8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਜ਼ਖਮੀ ਹੁਣ ਦੱਸੇ ਜਾ ਰਹੇ ਨੇ। ਤੇਜ਼ ਮੀਂਹ ਕਾਰਨ ਇਸ ਸਮੇਂ ਤੇ ਦੱਸਿਆ ਜਾ ਰਿਹਾ ਕਿ ਕਿਉਂਕਿ ਇਹ ਵੀ ਦੇਖਿਆ ਜਾ ਰਿਹਾ ਕਿ ਮੌਨਸੂਨ ਐਕਟਿਵ ਜਿਵੇਂ ਹੋ ਰਿਹਾ ਥੋੜੇ ਥੋੜੇ ਦਿਨਾਂ ਬਾਅਦ, ਤਾਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚ ਰਿਹਾ। ਉਸੇ ਕੜੀ ਦੇ ਵਿੱਚ ਇਹ ਇਸ ਇਮਾਰਤ ਨੂੰ ਨੁਕਸਾਨ ਪਹੁੰਚਿਆ, ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗ ਗਈ। ਤਾਂ 8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਰੈਸਕਿਊ ਆਪਰੇਸ਼ਨ ਵੀ ਫਿਲਹਾਲ ਚੱਲ ਰਿਹਾ ਹੈ। ਤੇਜ਼ ਮੀਂਹ ਕਾਰਨ ਇਮਾਰਤ ਦੀ ਕੰਧ ਡਿੱਗੀ ਸੀ। ਲਖਨਊ ਦੇ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ, ਜਿਸ ਤੋਂ ਬਾਅਦ 8 ਲੋਕਾਂ ਦੀ ਮੌਤ ਹੋ ਗਈ, 27 ਲੋਕ ਜ਼ਖਮੀ ਨੇ। ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ, NDRF ਦੀਆਂ ਟੀਮਾਂ, SDRF ਦੀਆਂ ਟੀਮਾਂ, ਰੈਸਕਿਊ ਆਪਰੇਸ਼ਨ ਇੱਥੇ ਚਲਾਇਆ ਜਾ ਰਿਹਾ। ਮਲਬੇ ਹੇਠਾਂ ਜੋ ਲੋਕ ਦੱਬੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। JCBs ਮੌਕੇ 'ਤੇ ਤੈਨਾਤ ਹਨ ਅਤੇ 8 ਲੋਕਾਂ ਦੀ ਮੌਤ ਹੋਈ ਹੈ, 27 ਲੋਕ ਹੁਣ ਤੱਕ ਜ਼ਖਮੀ ਹੈ ਅਤੇ ਹੁਣ ਵੀ ਰੈਸਕਿਊ ਆਪਰੇਸ਼ਨ ਇੱਥੇ ਚੱਲ ਰਿਹਾ ਹੈ। ਤੇਜ਼ ਮੀਂਹ ਕਾਰਨ ਇਹ ਇਮਾਰਤ ਡਿੱਗ ਗਈ। SDRF ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ, ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਜੋ ਆਪਣੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਅਤੇ ਜੋ ਲੋਕ ਮਲਬੇ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। UP ਦੇ ਲਖਨਊ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ 3 ਮੰਜ਼ਿਲਾ ਇਮਾਰਤ ਮਲਬੇ ਵਿੱਚ ਤਬਦੀਲ ਹੁੰਦੀ ਨਜ਼ਰ ਆਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਤਾਂ ਤੇਜ਼ ਮੀਂਹ ਕਾਰਨ ਇਹ ਇਮਾਰਤ ਡਿੱਗੀ ਸੀ, ਲਖਨਊ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ ਸੀ।